ਤੇ ਉਹੀ ਉਹੀ ਦੁੱਖ ਜਿਹੜੇ ਨੇ ਸਾਰੇ ਪੰਜਾਬ ਦੇ ਨੇ ਉਹੀ ਇਹਨਾਂ ਪਿੰਡਾਂ ਦੇ ਨੇ ਕੋਈ ਇੱਥੇ ਵਿਕਾਸ ਨਹੀਂ ਗਲੀਆਂ ਨਾਲੀਆਂ ਦੇ ਸਮੱਸਿਆਵਾਂ ਨੇ ਕੋਈ ਸਕੂਲ 'ਚ ਮਾਸਟਰ ਨਹੀਂ ਪੀਣ ਵਾਲਾ ਪਾਣੀ ਹੈ ਨਹੀਂ ਕੈਂਸਰ ਨਾਲ ਪੰਜਾਬ ਜਿਹੜਾ ਮੰਜੇ 'ਤੇ ਪਿਆ ਸੋ ਉਹੀ ਮੁਸ਼ਕਲਾਂ ਨੇ ਲੋਕ ਤਰਸ ਰਹੇ ਨੇ ਕਿ ਕੋਈ ਸਾਡੇ ਕੋਲ ਲੀਡਰ ਤਾਂ ਆਵੇ ਇਹ ਜਿੱਤ ਕੇ ਵੀ ਨਹੀਂ ਆਉਂਦੇ ਵੋਟਾਂ ਮੰਗਣ ਵੀ ਨਹੀਂ ਆਉਂਦੇ ਅੱਜ ਸਾਡਾ ਸੱਤ ਪਿੰਡਾਂ ਦਾ ਇੱਧਰ ਦਾ ਇਲਾਕਿਆਂ ਦੌਰਾ ਸੀ ਔਰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੇ ਨੇ 30 ਅਪ੍ਰੈਲ ਨੂੰ ਝਾੜੂ ਦਾ ਚੋਣ ਨਿਸ਼ਾਨ ਜਿਹੜਾ ਉਹਦਾ ਬਟਨ ਦੱਬ ਕੇ ਇੱਕ ਨਵੀਂ ਗ੍ਰੰਥੀ ਲੈ ਕੇ ਆਉਣ ਇਹ ਕਹਿੰਦੇ ਨੇ ਬੁੱਧਵਾਰ ਨੂੰ ਆਇਓ ਸਾਹਿਬ ਹੈ ਨਹੀਂ ਹੁਣ ਜਦੋਂ ਵੋਟਾਂ ਮੰਗਣ ਆਏ ਤੁਸੀਂ ਵੀ ਕਹਿੰਦੇ ਹੋ ਤਾਂ ਹੈ ਨਹੀਂ ਅਸੀਂ ਨਹੀਂ ਪੰਜਾਬ ਕੈਂਸਰ ਦਾ ਹੱਬ ਬਣ ਗਿਆ ਸਭ ਤੋਂ ਵੱਧ ਨਸ਼ੇ ਸਾਡੇ ਕੋਲੇ ਵਿਕਦੇ ਨੇ ਰੇਤੇ ਮਰੇਤੀ ਦੇ ਭਾਅ ਦੇਖ ਲਓ ਕੋਈ ਗਰੀਬ ਘਰ ਨਹੀਂ ਪਾ ਸਕਦਾ ਚੁੱਲ੍ਹੇ ਦੀਆਂ ਅੱਗਾਂ ਬੁਝਾਤੀਆਂ ਇਹਨਾਂ ਨੇ ਸਿਵਿਆਂ ਦੀਆਂ ਅੱਗਾਂ ਬੁਝਣ ਦਾ ਨਾਂ ਨਹੀਂ ਲੈਂਦੀਆਂ ਕਿਉਂਕਿ ਜਿੱਥੇ ਮੈਂ ਇੱਥੇ ਤਾਂ ਮੇਰੇ ਸਾਡੀਆਂ ਕਰਤੂਤਾਂ ਦੱਸ ਗਿਆ ਹੋਣਾ ਹੁਣ ਜੇ ਇੱਥੇ ਆਇਆ ਸਿੰਗਲਾ ਵੀ ਨਹੀਂ ਆਇਆ ਹੋਣਾ ਹਾਂਜੀ ਆਉਣ ਨਹੀਂ ਦਿੰਦੇ ਜਿੰਦਾਬਾਦ ਕਰੋ ਫਿਰ ਇਨਕਲਾਬ ਖਾਗੇ ਸਾਡੇ ਬੁਢਾਪੇ ਖਾਗੇ ਨਾ ਆਉਣ ਦਿਓ ਇਹਨਾਂ ਨੂੰ ਇਹਨਾਂ ਨੂੰ ਉਵੇਂ ਜਿਵੇਂ ਮੋੜੋ ਜਿਵੇਂ ਇਹ ਆਪਾਂ ਨੂੰ ਆਪਦੇ ਇਹ ਕਹਿੰਦੇ ਨੇ ਬੁੱਧਵਾਰ ਨੂੰ ਆਇਓ ਸਾਹਿਬ ਹੈ ਨਹੀਂ ਹੁਣ ਜਦੋਂ ਵੋਟਾਂ ਮੰਗਣ ਆਏ ਤੁਸੀਂ ਵੀ ਕਹਿੰਦੇ ਹੋ ਹੈ ਨਹੀਂ ਅਸੀਂ ਨਹੀਂ ਪੰਜਾਬ ਕੈਂਸਰ ਦਾ ਹੱਬ ਬਣ ਗਿਆ ਸਭ ਤੋਂ ਵੱਧ ਨਸ਼ੇ ਸਾਡੇ ਕੋਲੇ ਵਿਕਦੇ ਨੇ ਰੇਤੇ ਮਰੇਤੀ ਦੇ ਭਾਅ ਦੇਖ ਲਓ ਕੋਈ ਗਰੀਬ ਘਰ ਨਹੀਂ ਪਾ ਸਕਦਾ ਚੁੱਲ੍ਹੇ ਦੀਆਂ ਅੱਗਾਂ ਬੁਝਾਤੀਆਂ ਇਹਨਾਂ ਨੇ ਸਿਵਿਆਂ ਦੀਆਂ ਅੱਗਾਂ ਬੁਝਣ ਦਾ ਨਾਂ ਨਹੀਂ ਲੈਂਦੀਆਂ ਤੁਸੀਂ ਮੈਨੂੰ ਦੱਸ ਦਿਓ ਮਾਝੇ ਮਾਝੀ ਵਾਲਿਓ ਰੋਗ ਘਟਿਆ ਕਿ ਵਧਿਆ ਵਧਿਆ ਨਾ ਫਿਰ ਮਿੰਨਤ ਵਾਲੀ ਗੱਲ ਐਟ ਕੀ ਸਾਤੋਂ ਥੌਲੇ ਪਵਾ ਕੇ ਦੇਖ ਲਓ ਬੇਰੁਜ਼ਗਾਰੀ ਚ ਡੁੱਬੀ ਪਈ ਹੈ ਆਓ ਪੰਜਾਬ ਦੀਆਂ ਧੀਆਂ ਭੈਣਾਂ ਨੇ ਚੁੰਨੀਆਂ ਤੇ ਥੌਲਾ ਪਾਈਏ ਜਿਹੜੀਆਂ ਸੜਕਾਂ ਤੇ ਰੋਲੀ ਜਾਂਦੇ ਇਹ ਆਓ ਪੰਜਾਬ ਦੇ ਬਜ਼ੁਰਗਾਂ ਦੇ ਥੌਲਾ ਪਾਈਏ ਜਿਹਨਾਂ ਦੀਆਂ ਅੱਖਾਂ ਤਰਸ ਗਈਆਂ ਫਿਰ ਠੰਡੀ ਹਵਾ ਦੇ ਬੁੱਲੇ ਨੂੰ ਦੋ ਨਾਰੇ ਇਨਕਲਾਬ ਦੇ ਲਾ ਦਿਓ ਸ਼ਹੀਦਾਂ ਦੀ ਆਤਮਾ ਨੂੰ ਥੋੜੀ ਜਿਹਾ ਸਕੂਨ ਮਿਲ ਜੂਗਾ ਹੈਗੇ ਨੇ ਹਜੇ ਮਾਝਾ ਮਾਝੀ ਦੇ ਸੱਤਾਂ ਚ ਜਿਹਨਾਂ ਨੇ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਦੋਨੇ ਹੱਥ ਉੱਪਰ ਚੱਕ ਕੇ ਨਾਰੇ ਲਾ ਦਿਓ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੂ ਇਨਕਲਾਬ ਸਭ ਤੋਂ ਵੱਡੀ ਗੁਲਾਮੀ ਜਿਹੜੀ ਹੋਣੀ ਹੈ ਉਹ ਸਾਡੇ ਭੋਜਨ ਦੀ ਹੋਣੀ ਹੈ ਜਿਹੜਾ ਅਸੀਂ ਤਿੰਨ ਵਾਰੀ ਖਾਣਾ ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਹੋਣੀ ਆ ਮੂਹਰੇ ਮਾਂ ਸਾਹਿਬ ਜਿਹੜੀ ਵੱਡੀ ਸਮੱਸਿਆ ਲੋਕਾਂ ਨੂੰ ਅਜੇ ਤੱਕ ਗਿਆਨ ਨਹੀਂ ਅਜੇ ਜਿਹੜੀ ਵੱਡੀ ਲੜਾਈ ਹੈ ਸਾਡੀ ਉਹ ਕੀ ਹੈ ਕਿਉਂਕਿ ਮੈਂ ਇਸ ਪਿੰਡ ਦਾ ਇੱਕ ਨਾਮੀ ਗ੍ਰਾਮੀ ਕਿਸਾਨ